ਤੋਂ ਮੈਂ ਜੱਸਾ ਮੜੀਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਹਾਂਜੀ ਦੋਸਤੋ, ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ। ਅੱਜ 16 ਅਕਤੂਬਰ 2023 ਦਿਨ ਸੋਮਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਦੋਸਤੋ ਅੱਜ 9 ਜਗ੍ਹਾ 'ਤੇ ਬਹੁਤ ਹੀ ਵਧੀਆ ਅੱਜ ਕਬੱਡੀ ਦੇ ਮੈਚ ਕਰਵਾਏ ਜਾ ਰਹੇ ਆ। ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਾਂ ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ, ਪਿੰਡ ਹੋਵੇਗਾ ਸੋਟਾ ਬਿਆਨਪੁਰ ਗੁਰਦਾਸਪੁਰ, ਅਤੇ ਇੱਥੇ ਦੋਸਤੋ ਅੱਜ ਕਬੱਡੀ ਆਲ ਓਪਨ ਦੀਆਂ 6 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਅਤੇ ਪਹਿਲਾ ਇਨਾਮ ਹੋਵੇਗਾ 1 ਲੱਖ ਰੁਪਏ ਅਤੇ ਦੂਜਾ ਇਨਾਮ ਹੋਵੇਗਾ 75,000 ਰੁਪਏ ਅਤੇ ਬਾਕੀ ਇੱਥੇ ਲੜਕੀਆਂ ਦੀਆਂ ਟੀਮਾਂ ਦਾ 100 ਮੈਚ ਵੀ ਕਰਵਾਇਆ ਜਾਵੇਗਾ ਅਤੇ ਐਕਸਨਾਂ ਵਾਲੇ ਛੋਟੇ ਬੱਚਿਆਂ ਦਾ 100 ਮੈਚ ਵੀ ਕਰਵਾਇਆ ਜਾਵੇਗਾ ਅਤੇ ਬਹੁਤ ਹੀ ਵਧੀਆ ਅੱਜ ਇੱਥੇ ਕਬੱਡੀ ਦੇ ਮੈਚ ਹੋਣਗੇ ਅਤੇ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਪਿੰਡ ਹੋਵੇਗਾ ਕੋਟ ਰਾਣੀ ਫਗਵਾੜਾ। ਇੱਥੇ ਦੋਸਤੋ ਅੱਜ 4 ਅਕੈਡਮੀਆਂ ਦੇ ਫਸਵੇਂ ਮੈਚ ਹੋਣਗੇ ਅਤੇ 2 ਲੜਕੀਆਂ ਦੀਆਂ ਅਕੈਡਮੀਆਂ ਦਾ 100 ਮੈਚ ਵੀ ਕਰਵਾਇਆ ਜਾਵੇਗਾ ਅਤੇ ਇੱਥੇ ਵੀ ਦੋਸਤੋ ਅੱਜ ਵਧੀਆ ਮੈਚ ਹੋ ਰਹੇ ਆ ਅਤੇ ਇਹਦਾ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਪਿੰਡ ਹੋਵੇਗਾ ਕਮਾਲਪੁਰ ਅਤੇ ਇੱਥੇ ਕਬੱਡੀ 42 ਕਿੱਲੋ ਅਤੇ ਕਬੱਡੀ 52 ਕਿੱਲੋ ਦੇ ਮੈਚ ਕਰਵਾਏ ਜਾਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਮੈਚ ਹੋਣਗੇ ਪਿੰਡ ਖੇੜੀ ਚਹਿਲਾਂ ਸੰਗਰੂਰ ਦੇ ਵਿੱਚ ਅਤੇ ਇੱਥੇ ਅੱਜ kabaddi1 pind open ਦੇ ਮੈਚ ਹੋਣਗੇ, 2 ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ ਹੋਵੇਗਾ 41,000, ਦੂਜਾ ਇਨਾਮ 31,000 ਅਤੇ kabaddi35 ਕਿੱਲੋ ਦੇ ਮੈਚ ਵੀ ਹੋਣਗੇ, ਪਹਿਲਾ ਇਨਾਮ ਹੋਵੇਗਾ 5,500 ਅਤੇ ਦੂਜਾ ਇਨਾਮ ਹੋਵੇਗਾ 4,100 ਅਤੇ ਇਹਦਾ ਲਾਈਵ ਤੁਸੀਂ ਦੇਖ ਸਕਦੇ ਹੋ 1-2-3 ਲੈਵਿਨ ਦੇ ਜ਼ਰੀਏ ਅਤੇ ਕਬੱਡੀ ਓਪਨ ਦੇ ਬੈਸਟਾਂ ਨੂੰ 11,000 ਰੁਪਏ ਹੋਵੇਗਾ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ, ਇੱਥੇ kabaddi65 ਕਿੱਲੋ ਅਤੇ 2 ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ ਹੋਵੇਗਾ 11,000, ਦੂਜਾ ਇਨਾਮ 9,100, ਬੈਸਟ ਰੇਡਰ ਅਤੇ ਜਾਫੀ ਨੂੰ ਰੇਂਜਰ ਸਾਈਕਲ ਦਿੱਤਾ ਜਾਵੇਗਾ ਅਤੇ kabaddi32 ਕਿੱਲੋ ਨਰੋਲ ਦੇ ਮੈਚ ਹੋਣਗੇ, ਪਹਿਲਾ ਇਨਾਮ 3100, ਦੂਜਾ ਇਨਾਮ 2100 ਅਤੇ ਬੈਸਟਾਂ ਨੂੰ ਪ੍ਰੈਸ ਦਿੱਤੀ ਜਾਵੇਗੀ ਅਤੇ ਇਹਦਾ ਲਾਈਵ ਚੱਲੇਗਾ kabaddi1-2-3 ਲੈਵਿਨ ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ, ਪਿੰਡ ਹੋਵੇਗਾ ਚੂੜਚੱਕ, ਜ਼ਿਲ੍ਹਾ ਹੋਵੇਗਾ ਮੋਗਾ। ਇੱਥੇ ਦੋਸਤੋ kabaddi1 pind open ਪਿੰਡਵਾਰ ਦੇ ਮੈਚ ਹੋਣਗੇ ਅਤੇ kabaddi57 ਕਿੱਲੋ ਦੇ ਮੈਚ ਹੋਣਗੇ। 1 pind open ਪਿੰਡਵਾਰ ਦਾ ਪਹਿਲਾ ਇਨਾਮ ਹੋਵੇਗਾ 31,000 ਰੁਪਏ ਅਤੇ ਦੂਜਾ ਇਨਾਮ ਹੋਵੇਗਾ 21,000 ਰੁਪਏ ਅਤੇ ਬੈਸਟ ਰੇਡਰ ਅਤੇ ਜਾਫ ਨੂੰ LED TV ਹੋਵੇਗਾ ਅਤੇ 57 ਕਿੱਲੋ ਦਾ ਪਹਿਲਾ ਇਨਾਮ 15,000 ਅਤੇ ਦੂਜਾ ਇਨਾਮ 10,000 ਰੁਪਏ ਹੋਵੇਗਾ ਅਤੇ ਬੈਸਟਾਂ ਨੂੰ ਸਾਈਕਲ ਹੋਵੇਗਾ ਅਤੇ ਇਹਦਾ ਲਾਈਵ ਤੁਸੀਂ ਦੇਖ ਸਕਦੇ ਹੋ panjablive1.com ਦੇ ਜ਼ਰੀਏ, ਪਿੰਡ ਚੂੜਚੱਕ ਮੋਗਾ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ ਇਹ ਕਰਵਾਏ ਜਾਣਗੇ ਪਿੰਡ ਰਣ ਸਿੰਘ ਵਾਲਾ ਫਰੀਦਕੋਟ, ਇੱਥੇ kabaddi62 ਕਿੱਲੋ ਦੇ ਮੈਚ ਹੋਣਗੇ, 2 ਖਿਡਾਰੀ ਬਾਹਰੋਂ ਖੇਡਣਗੇ, ਪਹਿਲਾ ਇਨਾਮ 7100, ਦੂਜਾ ਇਨਾਮ 6100 ਅਤੇ ਬਾਕੀ kabaddi45 ਕਿੱਲੋ ਨਰੋਲ ਅਤੇ kabaddi52 ਕਿੱਲੋ 2 ਬਾਹਰੋਂ ਦੇ ਮੈਚ ਕਰਵਾਏ ਜਾਣਗੇ। 52 ਕਿੱਲੋ ਦਾ ਪਹਿਲਾ ਇਨਾਮ 5,500, ਦੂਜਾ ਇਨਾਮ 4,100 ਆ ਅਤੇ 45 ਕਿੱਲੋ ਦਾ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਆ ਅਤੇ ਲਾਈਵ ਚੱਲੇਗਾ ਇਹਦਾ kabaddi4K ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਠੱਠੀ ਭਾਈ, ਜ਼ਿਲ੍ਹਾ ਮੋਗਾ। ਇੱਥੇ ਦੋਸਤੋ 16 ਅਤੇ 17 ਤਰੀਕ ਨੂੰ ਕਬੱਡੀ ਦੇ ਮੈਚ ਹੋਣਗੇ ਅਤੇ ਹੋ ਸਕਦਾ 62 ਕਿੱਲੋ ਦੇ ਮੈਚ ਹੋਣ ਅੱਜ, 2 ਖਿਡਾਰੀ ਬਾਹਰੋਂ, ਪਹਿਲਾ ਇਨਾਮ 10,000, ਦੂਜਾ ਇਨਾਮ 7,000 ਅਤੇ ਲਾਈਵ ਚੱਲੇਗਾ kabaddi TV। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਪਿੰਡ ਨਸਹਿਰਾ ਗੁਰਦਾਸਪੁਰ ਦੇ ਵਿੱਚ ਅਤੇ ਇੱਥੇ ਅੱਜ ਆਲ ਓਪਨ ਦੀਆਂ 4 ਕਲੱਬਾਂ ਖੇਡਣਗੀਆਂ, ਪਹਿਲਾ ਇਨਾਮ ਹੋਵੇਗਾ 61,000, ਦੂਜਾ ਇਨਾਮ ਹੋਵੇਗਾ 51,000
ਅਤੇ ਬਾਕੀ ਲੜਕੀਆਂ ਦਾ 100 ਮੈਚ ਵੀ ਕਰਵਾਇਆ ਜਾਵੇਗਾ। ਮਾਈ ਭਾਗੋ ਕਬੱਡੀ ਅਕੈਡਮੀ ਜਗਤਪੁਰ ਨਵਾਂ ਸ਼ਹਿਰ ਅਤੇ ਮਾਝਾ ਕਲੱਬ ਗੁਰਦਾਸਪੁਰ ਦੀਆਂ ਟੀਮਾਂ ਦੇ ਵਿਚਕਾਰ ਅਤੇ ਲਾਈਵ ਚੱਲੇਗਾ ਮਾਝਾ ਕਬੱਡੀ ਟੀ ਵੀ ਦੇ ਜ਼ਰੀਏ। ਤਾਂ ਇਹ ਸੀ ਦੋਸਤੋ ਅੱਜ ਵੱਖ ਵੱਖ ਜਗ੍ਹਾ 'ਤੇ ਹੋਣ ਵਾਲੇ ਕਬੱਡੀ ਦੇ ਮੈਚ।